बिस्मिल्लाहिर्रहमानिर्रहीम। दोस्तों जट ऑफिशियल 20 ते आज तुहाडे लई लैके आंदी बहुत ही खूबसूरत प्यारी वीडियो। इस वीडियो दे विच असीं तुहानूं ट्रैक्टर दी परफॉर्मेंस MF 240 दी चैक करावांगे। MF 240 रोटावाटर फील्ड दे विच फिर रहा हैगा, तुसीं चैक कर सकदे हो। ਇਹ ਖੁਸ਼ਕ ਜ਼ਮੀਨ ਹੈਗੀ ਜੀ, ਤਾਂ ਕਰਕੇ ਥੋੜ੍ਹਾ ਜਿਹਾ ਗੱਦੋ ਗਬਾਰ ਅਤੇ ਧੂੜ ਬਹੁਤ ਜ਼ਿਆਦਾ, ਮਿੱਟੀ ਉੱਭਰ ਰਹੀ। ਤੁਸੀਂ ਚੈੱਕ ਕਰੋ ਜੀ। ਅਤੇ ਇਹ ਗੱਡੀ ਕਿਹੜੀ ਹੈਗੀ? MF 240 ਤੀਸਰਾ ਗੇਅਰ ਲੋਹ ਦਾ ਉਸ ਦੇ ਵਿੱਚ ਆ ਰਹੀ। ਤੁਸੀਂ ਚੈੱਕ ਕਰੋ, ਗੱਡੀ ਦੀ ਪਰਫਾਰਮੈਂਸ ਚੈੱਕ ਕਰੋ ਜੀ। ਅਤੇ ਹੁਣ ਅਸੀਂ ਤੁਹਾਨੂੰ ਨਾਲ ਨਾਲ ਦੱਸਦੇ ਜਾਈਏ ਕਿ ਖਰਚਾ ਕੀ। ਟਰੈਕਟਰ MF 240 2017 ਮਾਡਲ ਹੈ, ਚੋਕ ਵਾਲਾ ਓਰੀਜਨਲ ਟਰੈਕਟਰ ਹੈ ਜੀ। ਇਹਦਾ ਖਰਚਾ ਰੂਟਾ ਵਾਟਰ ਅਤੇ ਫੀ ਏਕੜ ਤਕਰੀਬਨ 4.25 ਲੀਟਰ ਆ ਰਿਹਾ ਜੀ। 42 ਫਾਲਾ ਮਗਰ ਰੂਟਾ ਵਾਟਰ ਹੈ ਜੀ। ਤੁਸੀਂ ਚੈੱਕ ਕਰੋ ਰੂਟਾ ਵਾਟਰ ਦੀ ਕਤਰਾਈ। ਇਹ ਹੈਗਾ ਜੀ ਅਲਫਤਿਹ ਜ਼ਰੀ ਅਲਾਤ ਮਿਲਜ਼ ਰੋਡ ਚਿਸ਼ਤੀਆਂ ਦਾ ਰੂਟਾ ਵਾਟਰ ਬਣਿਆ ਹੋਇਆ, ਲੇਕਿਨ ਟਰੈਕਟਰ ਨੂੰ ਕੋਈ ਪਤਾ ਹੀ ਨਹੀਂ ਹੈਗਾ ਜੀ ਰੂਟਾ ਵਾਟਰ ਦਾ ਫੇਰਦਿਆਂ। ਅਤੇ ਮਾਸ਼ਾਅੱਲਾ ਬੜੀ ਖੂਬਸੂਰਤ ਪਿਆਰੀ ਗੱਡੀ ਹੈ ਜੀ। ਅਤੇ ਫੀਲਡ 'ਚ ਵਰਕ ਕਰ ਰਹੀ ਸੀ, ਮੈਂ ਕਿਹਾ ਚਲੋ ਵੀਡੀਓ ਬਣਾ ਕੇ ਅਪਲੋਡ ਕਰ ਦਈਏ। ਅਤੇ ਮਿੱਟੀ ਬਹੁਤ ਜ਼ਿਆਦਾ ਉਭਰ ਰਹੀ ਹੈ ਜੀ। ਡਰਾਈਵਿੰਗ ਵਾਸਤੇ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਣਾ ਇਹਤਿਆਤੀ ਤਦਾਬੀਰ ਇਸਤੇਮਾਲ ਕੀਤੀਆਂ ਜਾਵਣ। ਅਤੇ ਮੇਰੇ ਜਿਹੜੇ ਬਾਈ ਚੈਨਲ 'ਤੇ ਨਵੇਂ ਨੇ, ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ। ਅਤੇ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਲਾਜ਼ਮੀ ਕਰੋ। ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਆਧਾਰ ਦਾ ਰਾਏ ਜ਼ਰੂਰ ਦੱਸਿਆ ਕਰੋ ਮੇਰੇ ਭਰਾਵੋ। ਤੁਸੀਂ ਚੈੱਕ ਕਰ ਸਕਦੇ ਹੋ ਮਿੱਟੀ ਬਹੁਤ ਜ਼ਿਆਦਾ ਉਭਰ ਰਹੀ ਹੈ। ਅਤੇ ਟਰੈਕਟਰ ਵਰਕਿੰਗ ਫੀਲਡ 'ਚ ਕਰ ਰਿਹਾ ਜੀ। ਅਤੇ ਰੂਟਾ ਵਾਟਰ 42 ਫਾਲਾ ਰੂਟਾ ਵਾਟਰ MF 240 ਦੂਸਰਾ ਤੀਸਰਾ ਲੋਹ ਦਾ ਲਾ ਕੇ ਬਾਈ ਲੈ ਕੇ ਆ ਰਿਹਾ। ਇਹ ਤਕਰੀਬਨ 40 ਮਿੰਟ 'ਚ ਕਿੱਲਾ ਕਿਹੜਾ ਆਰਾਮ ਦੇ ਨਾਲ ਰੂਟਾ ਵਾਟਰ ਫੇਰ ਕੇ ਅਤੇ ਗੱਡੀ ਨਾ ਖੇਤੋਂ ਬਾਹਰ ਹੋ ਜਾਂਦੀ ਜੀ। ਤੁਸੀਂ ਚੈੱਕ ਕਰ ਸਕਦੇ ਹੋ। ਲੇਕਿਨ ਗੱਡੀ ਲੋਡ ਇਤਨਾ ਜ਼ਿਆਦਾ ਨਹੀਂ ਬਣਾਉਂਦੀ, ਥੋੜ੍ਹਾ ਘੱਟ ਹੀ ਬਣਾ ਰਹੀ ਹੈਗੀ, ਕਿਉਂਕਿ ਦੋ ਸੀਆਂ ਅੱਗੇ ਹਲਾਂ ਦੀਆਂ ਇਸ ਜ਼ਮੀਨ ਨੂੰ ਅਸੀਂ ਲਾ ਚੁੱਕੇ ਹਾਂ। ਅਤੇ ਬੜੇ ਪਿਆਰ ਅਤੇ ਆਰਾਮ ਨਾਲ ਟਰੈਕਟਰ ਤੁਹਾਡੇ ਸਾਹਮਣੇ ਆ ਰਿਹਾ ਜੀ। ਤੁਸੀਂ ਚੈੱਕ ਕਰੋ ਪਰਫਾਰਮੈਂਸ, ਟਰੈਕਟਰ ਬਹੁਤ ਮਜ਼ਬੂਤ ਅਤੇ ਪੱਕਾ ਹੈ ਜੀ। ਚੈੱਕ ਕਰੋ ਟਰੈਕਟਰ ਦੀ ਪਰਫਾਰਮੈਂਸ, ਕੋਈ ਧੂੰਆਂ ਛੂਆਂ ਗੱਡੀ ਨਹੀਂ ਮਾਰ ਰਹੀ, ਬੜਾ ਰੈਲਾ ਚੱਲ ਰਿਹਾ ਜੀ। ਇਹ ਤੁਹਾਨੂੰ ਖਸੂਸੀ ਵੀਡੀਓ ਟਰੈਕਟਰ ਦੀ ਪਰਫਾਰਮੈਂਸ ਚੈੱਕ ਕਰਾਉਣੀ ਸੀ, ਉਸ ਤੋਂ ਬਾਅਦ ਰੂਟਾ ਵਾਟਰ ਦੀ ਕਤਰਾਈ ਤੁਸੀਂ ਚੈੱਕ ਕਰ ਸਕਦੇ ਹੋ। ਬਿਲਕੁਲ ਮੁਲਾਇਮ ਜ਼ਮੀਨ ਕਰ ਰਿਹਾ ਜੀ, ਸਾਰੀ ਜ਼ਮੀਨ ਨੂੰ ਡਲੀਆਂ ਛਲੀਆਂ ਰੋੜੇ ਸਾਰਾ ਕੁਝ ਕੁਤਰ ਰਿਹਾ ਜੀ। ਫਿਰ ਗੁਜ਼ਾਰਿਸ਼ ਕਰਾਂਗਾ ਉਹਨਾਂ ਬਾਈਆਂ ਕੇ ਕਿ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ। ਦਿਓ ਇਜਾਜ਼ਤ ਭਰਾ ਨੂੰ, ਖੁਦਾ ਹਾਫਿਜ਼, ਅੱਲਾ ਹਾਫਿਜ਼।